मंदे बूहे खोलन लग गया, मेनू मैच और टोलन लग गया, तेरा चेहरा नजरी आवे अपने आप नु फरोलन लग गया। सत श्री अकाल दोस्तों, पिंडा विचों पिंड विच मैं जस्सी थोड़ा बहुत बहुत स्वागत करती हूँ। अज असी आ पहुंचे हैं पिंड बहरू, जो कि जिला पटियाला विच पैंदा है, ते आज मैं थोड़ी मुलाकात पंजाब दे एक बहुत ही प्रतिभाशाली कलाकार गायक दे नाल करा जा रही हूँ। आओ मुलाकात करते हैं मोहम्मद इरशाद दे नाल। अपने बारे कुछ दसो, अपने बचपन बारे कुछ दसो, गायकी का शौक कदों पिया? बड़ी अच्छी गल है जी, बचपन तो ही साडे संगीत का माहौल है घर दे विच। ਸਾਡੇ ਦਾਦੇ ਪੜਦਾਦੇ, ਮੇਰੇ ਫਾਦਰ ਸਾਹਿਬ, ਸਾਡੀ ਪੂਰੀ ਫੈਮਿਲੀ ਸੰਗੀਤ ਨਾਲ ਵਾਹ ਵਸਤਾ ਜੀ। ਸੰਗੀਤ ਨਾਲ ਵਾਹ ਵਸਤਾ ਹੋਣ ਦੇ ਨਾਲ ਨਾਲ ਇਹ ਜਿਹੜੀ ਮੇਰੇ ਸੰਗੀਤ ਦੀ ਤਾਲੀਮ ਮੇਰੇ ਫਾਦਰ ਸਾਹਿਬ ਤੋਂ ਮਿਲੀ ਹੈ। ਬਚਪਨ ਤੋਂ ਹੀ ਮੈਨੂੰ ਸ਼ੌਕ ਹੈ ਗਾਉਣ ਦਾ, ਔਰ ਮੇਰੇ ਫਾਦਰ ਸਾਹਿਬ ਨੇ ਹੀ ਮੈਨੂੰ ਸਿਖਾਇਆ ਸੰਗੀਤ। ਔਰ ਪਹਿਲੇ ਮੈਂ ਸਕੂਲ ਦੇ ਵਿੱਚ ਸੀ, ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰੂ ਵਿੱਚ ਪਿੰਡ 'ਚ। ਉਸ ਤੋਂ ਬਾਅਦ ਫਿਰ ਸਰਕਾਰੀ ਸੀਨੀਅਰ ਸੈਕੰਡਰੀ ਇੱਥੇ ਸਾਡੇ ਦੇਵੀਗੜ੍ਹ 'ਚ। ਉਸ ਤੋਂ ਬਾਅਦ ਫਿਰ ਮੈਂ ਕਾਲਜ ਗਿਆ, ਖਾਲਸਾ ਕਾਲਜ। ਉੱਥੇ ਮੈਂ 2 ਵਾਰ ਗੋਲਡ ਮੈਡਲਿਸਟ ਰਿਹਾ ਆਪਣਾ ਪੰਜਾਬੀ ਯੂਨੀਵਰਸਿਟੀ ਵਿੱਚ। ਇਹ ਸਭ ਮੈਂ ਕਹੂੰਗਾ ਮੇਰੇ ਸਵਰਗੀਏ ਪਿਤਾ ਜੀ ਸ੍ਰੀ ਸਾਧੂ ਰਾਮ ਜੀ ਨੂੰ ਜਾਂਦਾ ਕ੍ਰੈਡਿਟ, ਕਿਉਂਕਿ ਉਹਨਾਂ ਦੀ ਹੀ ਬਦੌਲਤ ਅੱਜ ਮੈਂ ਲੋਕਾਂ ਦੇ ਸਾਹਮਣੇ ਆ। ਅੱਛਾ, ਬਚਪਨ ਵਿੱਚ ਤੁਸੀਂ ਕੀ ਜ਼ਿਆਦਾ ਸੁਣਦੇ ਹੁੰਦੇ ਸੀ? ਬਚਪਨ 'ਚ ਸਾਡੇ ਕਵਾਲੀ ਕਰਦੇ ਸੀ ਘਰ 'ਚ, ਮੇਰੇ ਚਾਚਾ ਜੀ, ਮੇਰੇ ਤਾਇਆ ਜੀ, ਮੇਰੇ ਫਾਦਰ ਸਾਹਿਬ, ਮੇਰਾ ਛੋਟਾ ਭਰਾ ਜ਼ੁਲਫਕਾਰ ਗੁਲਾਮ ਅਲੀ, ਔਰ ਸਾਡੇ ਸਤਪਾਲ ਸ਼ਰਮਾ ਜੀ, ਸੁਲਤਾਨ ਜੀ, ਸਾਡੇ ਸਾਰੀ ਸਾਡੀ ਇੱਕ ਟੀਮ ਹੈ ਜੋ ਨਾਲ ਨਾਲ ਕਵਾਲੀ ਸੂਫੀ ਪ੍ਰੋਗਰਾਮ ਦਿੱਤੇ ਨਾ। ਤਾਂ ਫਿਰ ਜਮਾਤ ਔਰ ਕਰਾਮਾਤ ਵਾਲੀ ਗੱਲ ਹੁੰਦੀ ਹੈ ਜੀ। ਹਾਂਜੀ, ਹੋ ਜਾਏ ਫਿਰ ਕੁਛ ਦੋ ਲਾਈਨਾਂ ਕਵਾਲੀ ਦੀਆਂ ਜਾਂ ਸੂਫੀ ਦੀਆਂ। ਮੈਂ ਹਜ਼ਰ ਸਾਈਂ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਪੇਸ਼ ਕਰ ਰਿਹਾ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100 100 ਜੁਮੇ ਪੜ ਆਈਏ। ਗੰਗਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100 100 ਗੋਤੇ ਖਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100 100 ਪੰਡ ਪੜਾਈਏ। ਬੁੱਲੇ ਸ਼ਾਹ ਗੱਲ ਤਾਈਓ ਮੁੱਕ ਸੀ, ਜਦ ਮੈਨੂੰ ਦਿਲੋਂ ਗਵਾਈਏ। ਮੈਂ ਕਿਹਨੂੰ ਕਿਹਨੂੰ ਦੱਸਾਂ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ। ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ। ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾਂ। ਮੈਂ ਕਿਹਨੂੰ ਕਿਹਨੂੰ ਦੱਸਾਂ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਤੇ ਮੈਨੂੰ ਇੱਕ ਰਾਜ ਦੀ ਗੱਲ ਦੱਸੋ। ਹਾਂਜੀ, ਬਚਪਨ ਵਿੱਚ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੀ ਡੂੰਘੀਆਂ ਗੱਲਾਂ ਸਮਝ ਆ ਜਾਂਦੀਆਂ ਸੀ ਜਦੋਂ ਸੁਣਦੇ ਹੁੰਦੇ ਸੀ? ਨਹੀਂ, ਬਚਪਨ ਤਾਂ ਨਹੀਂ ਪਤਾ ਚੱਲਦਾ। ਤੁਹਾਨੂੰ ਸਮਝਾਉਂਦੇ ਹੁੰਦੇ ਸੀ ਤੁਹਾਡੇ ਫਾਦਰ ਸਾਹਿਬ? ਹਾਂਜੀ ਬਿਲਕੁਲ ਬਿਲਕੁਲ, ਤੁਹਾਡਾ ਵੀ ਇੰਟਰਸਟ ਹੋਏਗਾ, ਦਿਲਚਸਪ ਤੁਸੀਂ ਲੈਂਦੇ ਹੋ ਬਹੁਤ ਜ਼ਿਆਦਾ। ਅੱਛਾ, ਫਿਰ ਐਜ਼ ਅ ਪ੍ਰੋਫੈਸ਼ਨ ਇਹਨੂੰ ਲੈਣ ਦਾ ਕਦੋਂ ਸੋਚਿਆ? ਜਦੋਂ ਮੈਂ ਸਕੂਲੇ ਪੜ੍ਹਦੇ ਸੀ, ਸਾਡੇ ਇੱਕ ਟੀਚਰ ਹੁੰਦੇ ਸੀਗੇ ਸਰਦੋਲ ਸਿੰਘ ਜੀ, ਉਹਨਾਂ ਮੈਨੂੰ ਪਿਆਰ 'ਚ ਸੱਦਣਾ ਕਿ ਇਰਸ਼ਾਦ ਕਿ ਤੁਸੀਂ ਕੁਛ ਸੁਣਾਓ। ਜਦੋਂ ਇੱਕ ਦਿਨ ਇੱਦਾਂ ਦਾ ਹੁੰਦਾ ਸੀਗਾ ਜਦੋਂ ਸਾਰੇ ਬੱਚਿਆਂ ਤੋਂ ਸੁਣਦੇ ਸੀ ਟੀਚਰ ਦੇ, ਕੋਈ ਕੁਛ ਸੁਣਾਓ ਤੇ ਸੀ। ਜਦੋਂ ਮੇਰੀ ਵਾਰੀ ਆਉਂਦੀ ਸੀ ਫਿਰ ਸਾਰੇ ਟੀਚਰ, ਮੇਰੇ ਜਿੰਨੇ ਵੀ ਮੇਰੇ ਸਾਥੀ ਹੁੰਦੇ ਸੀ, ਉਹ ਸਾਰਿਆਂ ਨੇ ਬੜਾ ਖੁਸ਼ ਹੋਣਾ ਕਿ ਮੈਡਮ ਸਾਨੂੰ ਰਹਿਣ ਦੇ ਇਰਸ਼ਾਦ ਤੋਂ ਹੀ ਸੁਣ ਲਓ। ਫਿਰ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ, 2 2 ਘੰਟੇ, ਡੇਢ ਦੋ ਘੰਟੇ ਮੈਨੂੰ ਇੱਦਾਂ ਹੀ ਸੁਣਦੇ ਰਹਿਣਾ। ਉਸ ਤੋਂ ਬਾਅਦ ਫਿਰ ਮੈਂ ਆਪਣੇ ਦੇਵੀਗੜ੍ਹ ਆਇਆ ਜੀ ਸਕੂਲ 'ਚ,
उस तो बाद फिर मेरा होर शौक पैदा हो गया मेरे च, फिर पंजाब स्कूल सिक्ख्या बोर्ड के कंपीटिशन जोड़े होंगे सी उन्हें मैं अव्वल रहा। उस तो बाद फिर मेरे टीचर लगे कहने के तू इरशाद खालसा कॉलेज जाना चाहिए क्योंकि उत्थे बहुत वड्डा बहुत वड्डी स्टेज है। फिर मैं खालसा कॉलेज गया जी, उत्थे मैं दो बार गोल्ड मेडलिस्ट रहा पंजाबी यूनिवर्सिटी। अच्छा फिर तुसी आवाज पंजाबी दे अंदर तुसी रनर अप भी आए। हाँ जी बिल्कुल, सेकंड रन फर्स्ट रनर अप, फर्स्ट रनर अप रहा जी। तो एक्सपीरियंस भी तुहाडे लई बहुत वधिया होएगा, प्लेटफॉर्म बड़ा अच्छा तुहानू मिलेगा। बहुत वड्डा प्लेटफॉर्म सीगा जी और मैनू बड़ा कुछ सीखने नू मिलिया। हाँ जी, क्योंकि एडे एडे महान गुरुजन लोगों के सामने परफॉर्म करना मैं समझ सी कि ये मेरे लिए बहुत वड्डी फकर वाली गल सी। अच्छा अपनी एल्बम बारे दसो, पहली एल्बम बारे। पहली एल्बम गुरमिंदर कैंडोवाल साहब साडे मेरे अति सत्कार योग पंजाब दा माण मत्ता शायर उन्होंने कीती सी इतराज, जिदे विच मेरा एक गीत आया सी उहनूं बेहद मुहब्बत मिली लोगों वल्लों। उस तो बाद फिर उन्हें कीता सी मिक्स प्रोजेक्ट राज दीआं गल्लां, ओहदे विच भी जिन्ने भी सारे सिंगर सी ओह राज दीआं गल्लां टाइटल दी कमांड हेठ सीगे, ओह टाइटल भी अपने सी। अच्छा फिर हो जाए ओह गीत हो जाए। मैडम सुनाया सीगा राज दीआं गल्लां, पहला वाला सुना दो जिहड़ा नहीं सुनाया। हाँ जी ओह मैं सुना दिंदा। ਬਾਤ ਵੀ ਪਹਿਲਾਂ ਵਾਲੇ ਨੇ ਇਤਰਾਜ਼ ਨਹੀਂ ਬਦਲੇ ਸੱਜਣਾ ਦਾ ਇਤਰਾਜ਼ ਨਹੀਂ ਬਦਲੇ ਸੱਜਣਾ ਦਾ ਇਹ ਤਾਂ ਵਕਤ ਦੀ ਬਦਲੀ ਤੋਰੇ ਉਦੋਂ ਗੱਲ ਕੁਝ ਹੋਰ ਸੀ ਤੇ ਅੱਜ ਗੱਲ ਕੁਝ ਹੋਰ ਹੈ ਉਦੋਂ ਗੱਲ ਕੁਝ ਹੋਰ ਸੀ ਮੁਹੰਮਦ ਇਰਸ਼ਾਦ ਦੇ ਨਾਲ। ਤੇ ਮੁਹੰਮਦ ਜੀ ਹੁਣ ਤੁਹਾਡੀ ਲਾਈਫ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ, ਬਚਪਨ ਬਾਰੇ ਤਾਂ ਅਸੀਂ ਬਹੁਤ ਕੁਝ ਜਾਣ ਲਿਆ, ਆਪਣੀ ਐਲਬਮ ਬਾਰੇ ਕੁਝ ਦੱਸੋ। ਪਹਿਲੀ ਐਲਬਮ ਕਿਹੜੀ ਸੀ, ਉਸ ਤੋਂ ਬਾਅਦ ਕਿੰਨੀਆਂ ਐਲਬਮਸ ਆਈਆਂ? ਪਹਿਲੀਆਂ ਦਾ ਜ਼ਿਕਰ ਮੈਂ ਕਰ ਚੁੱਕਿਆ ਤੇ ਪਹਿਲੀ ਇਤਰਾਜ਼ ਆਈ ਸੀ ਔਰ ਦੂਜੀ ਰਾਜ ਦੀਆਂ ਗੱਲਾਂ। ਉਸ ਤੋਂ ਬਾਅਦ ਹੁਣ ਮੇਰੀ ਇਕੱਲੇ ਦੀ ਜਿਹੜੀ ਸੋਲੋ ਆ ਰਹੀ ਹੈ ਉਹ ਗੁਰਮਿੰਦਰ ਕੈਂਡੋਵਾਲ ਸਾਹਿਬ ਕਰ ਰਹੇ ਨੇ ਸਾਰੇ ਦਾ ਸਾਰਾ ਪ੍ਰੋਜੈਕਟ, ਜਿਹਦੇ ਵਿੱਚ ਬਹੁਤ ਅੱਛੇ ਕਵਾਲੀ ਨੁਮਾ ਔਰ ਕੁਝ ਸੂਫੀ ਔਰ ਕੁਛ ਲਾਈਟ ਰੋਮਾਂਟਿਕ ਸਾਰੇ ਮੋੜ ਨੇ ਉਹਦੇ 'ਚ। ਬਹੁਤ ਅੱਛਾ ਪ੍ਰੋਜੈਕਟ ਤਿਆਰ ਹੋ ਗਿਆ ਔਰ ਬਸ ਮੈਨੂੰ ਉਮੀਦ ਹੈ ਉਸ ਮਾਲਕ ਦੀ ਜ਼ਾਤ ਤੋਂ ਕਿ ਬਹੁਤ ਅੱਛਾ ਉਹਦੇ 'ਚ ਬਰਕਤ ਪੈ ਜਾਣੀ ਹੈ ਔਰ ਬਹੁਤ ਅੱਛਾ ਲੋਕਾਂ ਵੱਲੋਂ ਪਿਆਰ ਮਿਲੂਗਾ, ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਹੈ। ਔਰ ਜ਼ਿਆਦਾਤਰ ਤੁਹਾਡੇ ਗੀਤ ਜਿਹੜੇ ਆ ਗੁਰਮਿੰਦਰ ਸਾਹਿਬ ਨੇ ਲਿਖੇ? ਹਾਂਜੀ ਬਿਲਕੁਲ। ਅੱਛਾ ਤੇ ਕਾਫੀ ਕਹਿੰਦੇ ਨੇ ਕਿ ਜਦੋਂ ਇਨਸਾਨ ਕਿੱਥੇ ਤੱਕ ਪਹੁੰਚਦਾ ਹੈ ਉਦੋਂ ਕਾਫੀ ਸਟਰਗਲ ਕਰਨਾ ਪੈਂਦਾ ਹੈ, ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਤਾਰ ਚੜਾਵ ਦੇਖਣੇ ਪੈਂਦੇ ਨੇ, ਤੁਸੀਂ ਇਹਦਾ ਦਾ ਕੁਛ ਫੇਸ ਕੀਤਾ? ਬਿਲਕੁਲ ਜੀ, ਦੇਖੋ ਜਿਹੜਾ ਬੰਦਾ ਉਤਰਾਅ ਚੜਾਅ ਦੇਖਦਾ ਜ਼ਿੰਦਗੀ ਦੇ, ਜਦੋਂ ਬੰਦਾ ਉਹ ਆਪਣੇ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਂਦਾ ਆ ਉਹਨੂੰ ਉਹਨੂੰ ਉਹਨਾਂ ਚੀਜ਼ਾਂ ਦਾ ਇਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਕਿ ਮੈਂ ਇੰਨੀਆਂ ਮੁਸੀਬਤਾਂ ਦੇ ਵਿੱਚੋਂ ਇੰਨੀਆਂ ਮੁਸ਼ਕਤਾਂ ਮਿਹਨਤਾਂ ਕਰ ਕਰਕੇ ਇੱਥੋਂ ਤੱਕ ਪੁੱਜ, ਉਸ ਚੀਜ਼ ਦਾ ਮਜ਼ਾ ਹੀ ਕੁਝ ਹੋਰ ਹੈ। ਕਿਆ ਬਾਤ ਹੈ, ਤੇ ਇਸੀ ਨੋਟ ਤੇ ਕੁਛ ਸੁਣਾਉਣਾ ਚਾਹੋਗੇ ਸਾਨੂੰ? ਹਾਂਜੀ ਮੈਂ ਇੱਕ ਸੂਫੀ ਗੀਤ ਮੈਂ ਤੁਹਾਡੀ ਨਜ਼ਰ ਕਰੂੰਗਾ ਜੀ। ਵਾ ਮੌਲਾ ਤੇਰੀ ਕੁਦਰਤ ਤੂੰ ਕੈਸਾ ਖੇਲ ਰਚਾਇਆ, ਰਚ ਕੇ ਐਸਾ ਸੋਹਣਾ ਮੰਦਿਰ ਮਾਲਕਾ, ਕੈਸਾ ਜਗਤ ਤਮਾਸ਼ਾ ਦਿਖਲਾਇਆ, ਤੇਰੇ ਰੰਗ ਰੰਗ ਮੋਲ ਰੰਗ ਰੰਗ, ਤੇਰੇ ਰੰਗ ਰੰਗ ਮੋਲ ਰੰਗ 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 ਮੋਲ ਰੰਗ ਰੰਗ, ਤੇਰੇ ਰੰਗ ਰੰਗ ਮੋਲ ਰੰਗ, ਤੇਰੇ ਰੰਗ ਰੰਗ ਮੋਲ ਰੰਗ ਰੰਗ, ਤੇਰੇ ਰੰਗ 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 ਮੋਲ ਰੰਗ ਰੰਗ, ਤੇਰੇ ਰੰਗ ਰੰਗ ਮੋਲ ਰੰਗ
रंग रंग मोड़ा रंग रंग तेरे रंग रंग मोड़ा रंग तेरे वेख के जगत तमाशे नू वेख के जगत तमाशे नू मेरे जंदा हां दंग दंग तेरे रंग रंग मोड़ा रंग 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 मोड़ा रंग 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 मोड़ा रंग रंग तेरे रंग रंग मोड़ा रंग मखलूक रब ने पैदा की सब रब की इबादत करते है और रब ने मेरे से भी एक कर्म नवाजी की कि मैं पंजो वक्त का नमाजी हाँ। अच्छा क्या बात है, बहुत खूब जी। ते फिर जो इवेंट्स ते हुंदे हो शोज कर रहे हुंदे हो मैनेज कर रहे हो उदो मैं मेरे मुर्शद ने याद करके मैं दुआ करके संगीत नू मैं प्रोग्राम शुरू करदा और उहदे च बरकत पै जांदी है बस मैनू विश्वास उस मालिक दे करम नवाजी हो जांदी है। ते कुछ अपनी लाइव परफॉर्मेंसेस बारे दसो तुसी ता काफी लाइव परफॉर्म भी करदे हो स्टेज उत्ते हां जी हां जी कोई ऐदां दी परफॉर्मेंस जिहड़ी तुहानू चेते हो यादगार हां जी एक बार कंपीटिशन होया सीगा साडे उहदे च बड़ी कमाल दी गल है और ओदी जिहड़ी एंट्री फीस रखी सी ओ 100 रुपया सी ओ टाइम ऐदां दा सीगा के 100 रुपया भी नहीं सीगा मेरे कोल जदों मैं उत्थे पार्टिसिपेट करना सी ओदे च ओदा 1100 दी ट्रॉफी सी ओदा मैनूं बड़ा चाव सी कि मैं इहनूं जित के आवां सो ओ फिर मैं 100 रुपया मेरे फादर साहब ने किते ना किते मैनूं पैदा करके दिता ਉਹ ਮੈਂ ਐਂਟਰੀ ਕਰਾਈ ਫਿਰ ਮੈਂ 1100 ਦੀ ਟਰਾਫੀ ਜਿੱਤ ਕੇ ਲੱਗ ਮੈਨੂੰ ਬੜਾ ਸ਼ੌਕ ਸੀ ਬਚਪਨ ਤੋਂ ਕਿ ਮੈਂ ਕੰਪੀਟੀਸ਼ਨ ਲੜਨਾ ਆ ਔਰ ਜਨੂਨ ਹੈ ਬਸ ਸੰਗੀਤ ਦੇ ਉਸ ਮੌਲਾ ਦਾ ਕਰਮ ਹੈ ਬਸ ਹੱਲ ਵੀ ਮੈਂ ਚਾਹੁੰਦਾ ਕਿ ਮੈਂ ਜਿਸ ਮੁਕਾਮ ਤੇ ਜੋ ਮੇਰਾ ਟਾਰਗੇਟ ਆ ਜਿੱਥੇ ਮੈਂ ਪਹੁੰਚਣਾ ਚਾਹੁੰਦਾ ਉਹਦੇ 'ਚ ਮੈਨੂੰ ਗੁਰਮਿੰਦਰ ਬਾਈ ਦਾ ਬਹੁਤ ਸਾਥ ਮਿਲਿਆ ਔਰ ਕਿਉਂਕਿ ਮੇਰੇ ਨਾਲ ਮਿਲਦੇ ਜੁਲਦੇ ਖਿਆਲ ਆਤੇ ਬਾਈ ਜੀ ਉਹਨਾਂ ਦੇ ਔਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹ ਮੇਰੇ ਲਈ ਇੰਨਾ ਅੱਛਾ ਸੋਚ ਰਹੇ ਆ ਸਾਡੇ ਮਿੱਤਰਾਂ ਦੀ ਦੁਨੀਆਂ 'ਚ ਸਾਡੇ ਕੈਨੇਡਾ ਤੋਂ ਹੈਗੇ ਸਾਡੇ ਮੱਖਣ ਬੈਂਸ ਜੀ ਦੀਪ ਬੈਂਸ ਦਵਿੰਦਰ ਬੁੱਟਰ ਜੀ ਹਰਵਿੰਦਰ ਜੀ ਲਵਲੀ ਜੀ ਇਹ ਸਾਰੇ ਮਿੱਤਰਾਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੇ ਸਤਪਾਲ ਸ਼ਰਮਾ ਜੀ ਇਹਨਾਂ ਦਾ ਔਰ ਮੈਨੂੰ ਪਤਾ ਹੈ ਕਿ ਮੈਂ ਉਸ ਮੰਜ਼ਿਲੇ ਮਕਸੂਦ ਤੇ ਪਹੁੰਚ ਕੇ ਰਹਿਣਾ ਕੀ ਬਾਤ ਹੈ ਮੈਨੂੰ ਲੱਗਦਾ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਇੰਨੇ ਤੁਸੀਂ ਡਾਊਨ ਟੂ ਅਰਥ ਹੈਗੀ ਉਹਨੇ ਮਰਤਾ ਤੁਹਾਡੇ ਅੰਦਰ ਹੈਗੀ ਹੈ ਰੱਬ ਤੁਹਾਡੇ ਤੇ ਹੋਰ ਮਿਹਰਬਾਨ ਜ਼ਰੂਰ ਹੋਏਗਾ ਤੇ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਟ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਕਿਤੇ ਨਾ ਜਾਓ ਇੱਕ ਦੇ ਰੋ ਪਿੰਡਾਂ ਵਿੱਚੋਂ ਪਿੰਡ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਪਿੰਡਾਂ ਵਿੱਚੋਂ ਪਿੰਡ ਵਿੱਚ ਮੈਂ ਜੱਸੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਅਸੀਂ ਪਿੰਡ ਦੀ ਸੈਰ ਕਰ ਰਹੇ ਹਾਂ ਮੁਹੰਮਦ ਇਰਸ਼ਾਦ ਦੇ ਨਾਲ ਤੇ ਮੁਹੰਮਦ ਜੀ ਆ ਮੈਨੂੰ ਤੁਸੀਂ ਕਿੱਥੇ ਲੈ ਕੇ ਆਏ ਹੋ ਜੱਸੀ ਜੀ ਸਾਡੇ ਬਜ਼ੁਰਗ ਹੈ ਡੈਰੀ ਦੇ ਵਿੱਚ ਬਹੁਤ ਪੁਰਾਣਾ ਰੋਜ਼ਾ ਹੈ ਸੈਯਦ ਬਾਬਾ ਗੁਲਾਮ ਅਬਾਸ ਪੀਰ ਬੁੱਧ ਸ਼ਾਹ ਜਦੋਂ ਵੀ ਮੈਂ ਕਿਸੇ ਕਾਰਜ ਤੇ ਜਾਂਦਾ ਸੀ ਕਿਸੇ ਵੀ ਕੰਮ ਤੇ ਜਾਂਦਾ ਸੀ ਤਾਂ ਇੱਥੇ ਮੈਂ ਸਲਾਮ ਕਰਕੇ ਜਾਂਦਾ ਜਸ ਪਰ ਮੈਨੂੰ ਫਤਿਹ ਮਿਲਦੀ ਸੀ ਅੱਛਾ ਮੇਰੇ ਪਿਤਾ ਜੀ ਇੱਥੋਂ ਦੇ ਗੱਦੀ ਨਸ਼ੀਨ ਸੀ ਖਿਦਮਤਗਾਰ ਸੀ ਇਸ ਦਰਬਾਰ ਦੇ ਔਰ ਇਹਨਾਂ ਬਜ਼ੁਰਗਾਂ ਦਾ ਬਹੁਤ ਕਰਮ ਰਿਹਾ ਸਾਡੇ ਪਰਿਵਾਰ ਬਹੁਤ ਜ਼ਿਆਦਾ ਹੁਣ ਵੀ ਹੈ ਔਰ ਸਾਨੂੰ ਉਮੀਦ ਹੈ ਕਿ ਰਹੂਗਾ ਕੀ ਬਾਤ ਹੈ ਹਾਂਜੀ ਔਰ ਇਹ ਸਾਡੇ ਇੱਥੇ ਜਿਹੜੇ ਦੇਖ ਰਹੇ ਤੁਸੀਂ ਇਹ ਮਸਜਿਦ ਹੈ ਸਾਡੇ ਜਿੱਥੇ ਮੈਂ ਬਚਪਨ 'ਚ ਵੀ ਨਮਾਜ਼ ਪੜ੍ਹਦਾ ਸੀ ਥੋੜ੍ਹਾ ਮੈਂ ਪੜ੍ਹਿਆ ਵੀ ਹੈ ਜੀ ਇੱਥੇ ਔਰ ਹੁਣ ਵੀ ਇੱਥੇ ਛੋਟੇ ਬੱਚੇ ਬੱਚੀਆਂ 25-30 ਬੱਚੇ ਕੁਰਾਨ ਸ਼ਰੀਫ ਪੜ੍ਹਦੇ ਹਾਂਜੀ ਬਕਾਇਦਾ ਤਾਲੀਮ ਹਾਸਲ ਕਰ ਰਹੇ ਨੇ ਇਮਾਮ ਸਾਹਿਬ ਬਕਾਇਦਾ ਤਾਲੀਮ ਦਿੰਦੇ ਨੇ ਬੱਚਿਆਂ ਨੂੰ ਔਰ ਇੱਥੇ 5 ਵਕਤ ਦੀ ਨਮਾਜ਼ ਅਦਾ ਹੁੰਦੀ ਹੈ ਇਸ ਵੇਲੇ ਕੀ ਬਾਤ ਹੈ ਹਾਂਜੀ 25-30 ਘਰ ਇਸ ਪਿੰਡ 'ਚ ਸਾਡੇ ਮੁਸਲਮਾਨਾਂ ਦੇ ਹੈ ਕਿ ਨਹੀਂ ਜੀ ਹਾਂਜੀ ਤੇ ਤੁਸੀਂ ਹੁਣ ਵੀ ਆਉਂਦੇ ਹੋ ਤੁਹਾਨੂੰ ਟਾਈਮ ਮਿਲਦਾ ਹੈ ਅੱਜ ਵੀ ਕਿਤੇ ਕੋਈ ਵਧੀਆ ਕੰਮ ਕਰਨ ਜਾਣਾ ਹੁੰਦਾ ਹੈ ਅੱਜ ਵੀ ਆਉਂਦੇ ਹੋ ਮਤਲਬ ਹਾਂਜੀ ਬਿਲਕੁਲ ਜੀ ਮੈਂ ਇੱਥੇ ਸਲਾਮ ਕਰਕੇ ਜਾਂਦੀ ਜੀ ਬਿਲਕੁਲ ਜਦੋਂ ਮੈਂ ਦੱਸਿਆ ਨਾ ਕਿਸੇ ਵੀ ਕਾਰਜ ਤੇ ਮੈਂ ਜਾਵਾਂ ਮੈਂ ਇੱਥੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਸਲਾਮ ਦੁਆ ਕਰਕੇ ਮੈਂ ਜਾਂਦਾ ਹੁੰਦਾ ਜੀ ਘਰ ਤੇ ਇਹ ਪੇੜ ਵੀ ਮੁਹੰਮਦ ਜੀ ਬਹੁਤ ਪੁਰਾਣਾ ਲੱਗ ਰਿਹਾ ਜੀ ਇਹ ਮੈਡਮ ਇਹ ਜਿਹੜਾ ਪੇੜ ਹੈ ਇਹ ਕਰੀਰ ਹੈ ਬਹੁਤ ਪੁਰਾਣਾ ਅੱਜ ਕੱਲ ਤਾਂ ਵੈਸੇ ਆਲਮੋਸਟ ਖਤਮ ਹੀ ਹੋ ਚੁੱਕੇ ਹਾਂਜੀ ਪਰ ਇਹ ਬਹੁਤ ਪੁਰਾਣਾ ਹੈ ਕਰੀਰ ਜਿਹੜਾ ਤੁਸੀਂ ਦੇਖ ਰਹੇ ਹੋ ਹਾਂਜੀ ਬੋਰਡ ਹੈ ਉਹ ਕਈ ਸੌ ਸਾਲ ਪੁਰਾਣਾ ਹੈ ਜੀ
काफी चीजा मतलब इतिहासक है इस पिंड इतिहासक भी मेन लगता है सब चीजा तो पिंड नूं होर अमीर कर दिंदिया। हां जी हां जी बिलकुल बिलकुल। अजकल बड़े सारे पिंड ऐदा दे ने जिन्हां विच ए सब चीजा ही नहीं नजर आंदिया, खत्म ही हो गई। हां जी हां जी बिलकुल। मैं लगता है की इस पासे तुसी खुशकिस्मत हो गए, तुहाडा पिंड हाले भी ओदा दा ही है। हां जी हां जी बिलकुल। कुछ चेंजेस तो आंदे रहिंदे ने बट पिंड दी यादा हमेशा हर एक दे दिल विच ताजा रहिंदियां ते तुहाडे दिल विच खास करके ताजा ने। हां जी मैडम बिलकुल, क्योंकि ए चीजा जेहड़ियां अलोप हुंदियां जा रहियां ने अजकल, पर इस नगर च चीजा हाले तक भी बरकरार ने। ताइयों साडे असीं बेशक शहर च रहने आ पर साडा फिर भी इत्थे बार बार आने नूं दिल करदा, क्योंकि ए चीजा अलोप हुंदियां जा रहियां ने, ए चीजा नहीं देखण नूं मिलदियां। पर मैं कहूंगा कि साडे नगर दा पूरे दा इत्थे सहयोग है इस गल च, क्योंकि जिन्हां ने यह बहुत सारियां चीजा सांभियां होईयां ने। इत्थे भी तुहाडा बचपन बीतिया? हां जी मैडम इत्थे यादां हैगियां बिलकुल। जरा रास्ता जा रहा ए जो बरसात होंदिया ने हूं पूरे का पूरा भर के चलना है। अच्छा। और एदिया जेडिया पीपल दिया जड़ा ने इथे लमकदिया सी, छोटे छोटे जवाक इन लमके इथे नहाउंदे सी, डुबकियां लाउंदे सी। मैं नुसरत फतेह अली खान साहब नु बहुत ज्यादा सुनदा जी। हां जी सारे गीत सुनदे? हां जी तकरीबन सारे सुने, और ओहदे च मैं एक चीज मैं जरूर सुनाना चाहूंगा। इस तो डाडा दुख ना कोई, इस तो डाडा दुख ना कोई, इस तो डाडा दुख ना कोई, प्यार ना विछड़े किसे दा, यार ना विछड़े किसे दा, यार ना विछड़े किसे दा, यार ना विछड़े, इस तो डाडा दुख ना कोई, इस तो डाडा दुख ना कोई, प्यार ना विछड़े किसे दा, यार ना विछड़े किसे दा, यार ना विछड़े। क्या बात है, क्या बात है जी, बहुत खूब। अच्छा मोहम्मद जी मैंने एक गल दसो, अजकल दी गायकी दी अगर असि गल करदे आ, लोग बैठ के सूफी गीत जड़े ने ओ गांदे ही नहीं, घट हो गए, खत्म हो गए। हाँ जी हाँ जी। रॉक दा जमाना आ गया, पॉप दा जमाना आ गया, थोड़ा दे बारे की कहना? मैं यही कहूंगा मैडम, देखो हर एक बंदा अपने समान दा आप जिम्मेवार है, पर जो मैं गाना क्योंकि लोगों नो ओही प्रवान है, लोगों नो पसंद है, और मेरी ये खुशनसीबी है कि लोग मेनु हाले भी मतलब उसे तरह स्वीकार कर रहे है, और मैं इस नु हमेशा इसे तरह बरकरार रखूंगा, क्योंकि जेड़ा मेरा स्टाइल है गाना संगीत, चाहे तुसी बह के गाओ चाहे खड़ के गाओ, ओहदे च रूहानियत होवे, ओहदे च बरकत वाली गल होवे, तुसी खड़ के भी परफॉर्म करो पर साफ सुथरी साफ सुथरा संगीत होवे, ओ हर एक नु सुनना लगदा जी। अच्छा अगे आने वाले अपने प्रोजेक्ट्स बारे कुछ दसो? हाँ जी मैं हूँ बहुत जल्दी मेरे भाई जी गुरमिंदर कैंडोवाल साहब ने मेरा एक सोलो प्रोजेक्ट किया है जो बिल्कुल तैयार है, और कैनेडा गया सी मैं पिछे, ओहदे दो वीडियो भी लैंदे ने करके शूट करके लैंदे ने उत्थे, और ओहदे विचों मैं एक गीत मैं तुहानू जी प्लीज। साफ जिना दिया नीता सजना, साफ जिना दिया, साफ जिना दिया नीता सजना, ओही एनु हंडावे ए छल्ला इश्के दा, ए छल्ला इश्के दा, हर उंगली में चना आवे, ए छल्ला इश्के दा, हर उंगली में चना आवे। क्या बात है, बहुत खूब। इस एल्बम बहुत सारे कहते हैं, एच रोमांटिक भी है, और सूफी भी है, सैड भी है, सारे टेस्ट है एच, और मेनु उम्मीद है उस मौला ने एच बरकत पा देने, और संगत दी कसवटी ते गल खरी उतरनी है। रिलीज कदों होनी है? बहुत जल्दी रिलीज हो जानी है। हां जी बहुत जल्दी। ओके। ते म्यूजिक वगैरह? एदा म्यूजिक उस्ताद गुरमीत सिंह जी ने दिता जी, जिदे च काफी राइटर साडे जिंद सवाड़ा साहब है, उन्होंने बहुत सोहना गीत लिखे,
दो गीत मेरे अपने भी ने। क्या आप खुद भी लिख दो? हाँ जी हाँ जी। क्या बात है जी, बहुत खूब। मैं अपना गीत जरूर सुनाना चाहूंगा। प्लीज प्लीज। ओ आजा सजना तेरा प्यार बुलावे, आजा सजना तेरा प्यार बुलावे, आ सजना तेरा प्यार बुलावे, दिल दी तार हिला जा, मेरा ढोलन माही ढोलन माही ढोलन माही आजा, ढोलन माही ढोलन माही ढोलन माही आजा, ढोलन माही ढोलन माही ढोलन माही आजा, ढोलन माही ढोलन माही ढोलन माही आजा। क्या बात है जी, बहुत खूब बहुत खूब। ते मोहम्मद जी, जान तो पहला की सुनेहा तुसी देना चाहोगे अपने फैंस? मैं यही सुनेहा देना चाहूंगा, क्योंकि अच्छा संगीत है ना, वही संगीत तुसी सुनो जो रूह नूं तुहाडी सुकून देवे, खेड़ा देवे, खुशी देवे। अच्छा देखो, अच्छा बोलो, अच्छा सुनो, बस मेरा यही सुनेहा। और मेरी आने वाली जिहड़ी टेप है ਉਹਨੂੰ ਜਰੂਰ ਤੁਸੀਂ ਸੁਣਿਆ, ਕਿਉਂਕਿ ਤੁਹਾਡੇ ਮਤਲਬ ਦੀਆਂ ਗੱਲਾਂ ਨੇ ਉਹਦੇ ਚ। ਕਿਆ ਬਾਤ ਹੈ ਜੀ, ਕਿਆ ਬਾਤ। ਥੈਂਕ ਯੂ ਸੋ ਮਚ, ਬਹੁਤ ਚੰਗਾ ਤੁਸੀਂ ਸੁਨੇਹਾ ਦਿੱਤਾ, ਤੇ ਆਲ ਦਾ ਵੈਰੀ ਬੈਸਟ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਦੇ ਲਈ, ਤੇ ਸਾਨੂੰ ਉਮੀਦ ਹੈ ਕਿ ਤੁਹਾਡੀ ਇਹ ਐਲਬਮ ਜਿਹੜੀ ਹੈਗੀ ਹੈ, ਟੇਪ ਜਿਹੜੀ ਹੈ, ਜ਼ਰੂਰ ਸੁਪਰ ਡੁਪਰ ਹਿੱਟ ਹੋਏਗੀ। ਥੈਂਕ ਯੂ ਸੋ ਮਚ, ਬਹੁਤ ਮਾਨ। ਥੈਂਕ ਯੂ। ਸੋ ਦੋਸਤੋ, ਐਸੀ ਮੁਲਾਕਾਤ ਮੁਹੰਮਦ ਇਰਸ਼ਾਦ ਦੇ ਨਾਲ। ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਲਿਖ ਕੇ ਭੇਜਣਾ। ਤੁਹਾਡੇ ਸੁਝਾਅ, ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਸਾਡਾ ਈਮੇਲ ਆਈਡੀ ਹੈ pindpind@thenetwork.com। अगली बारी खुश शख्सियत के नाल मैं जस्सी तुहाडी मुलाकात करावांगी। तद तक मैनू दिओ इजाजत, सत श्री अकाल।